ਜਿਸ ਤਰ੍ਹਾਂ ਕਾਸਟ ਪੈਟਰਨ ਸਾਡੇ ਇੰਨਾ ਡੂੰਘਾਈ ਤੱਕ ਚਲਾ ਗਿਆ, ਸਦੀਆਂ ਤੋਂ ਚੱਲ ਰਿਹਾ, ਬਾਰ ਬਾਰ ਇੰਨੀਆਂ ਮੂਵਮੈਂਟਾਂ ਆਈਆਂ ਜਿਹੜੀਆਂ ਕਾਸਟ ਪੈਟਰਨ ਨੂੰ ਕਿਸੇ ਤਰੀਕੇ ਨਾਲ ਖਤਮ ਕਰਨਾ ਚਾਹੁੰਦੀਆਂ ਨੇ, ਉਹ ਵੀ ਸਕਸੈਸ ਨਹੀਂ ਹੋ ਰਹੀਆਂ, ਕਿਉਂਕਿ ਇੰਨਾ ਡੀਪ ਰੂਟਡ ਸੋਸ਼ਲ ਮਤਲਬ ਨੈੱਟਵਰਕ ਬਣਿਆ ਹੁੰਦਾ, ਫੈਬਰਿਕ ਬਣਿਆ ਹੁੰਦਾ ਉਹਦੇ 'ਤੇ, ਉਹ ਸਮਾਜਿਕ ਨੈੱਟਵਰਕ 'ਚੋਂ ਹੀ ਸਿਆਸਤ ਪਣਪਦੀ ਹੈ, ਉਹਦੇ 'ਚੋਂ ਹੀ ਹੋਰ ਕੋਈ ਇਕਨੋਮਿਕ ਮਾਡਲ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਉੱਥੋਂ ਪੈਦਾ ਹੁੰਦੀਆਂ ਨੇ। ਸਮਾਜ ਸ਼ਾਇਦ ਸਮਾਜ ਦਾ ਧਰਾਤਲ ਜਿਹਦੇ 'ਤੇ ਖੜ ਕੇ ਸਿਆਸਤ ਹੁੰਦੀ ਹੈ, ਜਿਹਦੇ 'ਤੇ ਖੜ ਕੇ ਵੱਖ ਵੱਖ ਚੀਜ਼ਾਂ ਹੁੰਦੀਆਂ ਨੇ, ਉਹ ਸਭ ਤੋਂ ਇੰਪੋਰਟੈਂਟ ਚੀਜ਼ ਮੈਨੂੰ ਲੱਗਦਾ ਹੁੰਦੀ ਹੈ। ਔਰ ਇੱਦੋਂ ਪਹਿਲਾਂ ਹਿਸਟੋਰੀਕਲੀ ਵੀ ਤੁਸੀਂ ਦੇਖੋ ਕਿ ਪਹਿਲੀ ਧਰਮ ਨਿਰਪੱਖਤਾ ਦਾ ਜਿਹੜਾ ਆਈਡਿਆਲੋਜੀ ਸੀ ਉਹਦੀ ਪਹਿਲੀ ਹਾਰ ਤਾਂ 47 ਦਿਖਾਈ ਦਿੰਦੀ ਹੈ, ਅਤੇ 47 ਦੇ ਵਿੱਚ ਲੀਡ ਕੌਣ ਕਰਦਾ ਸੀ? ਮੇਜਰ ਤੌਰ 'ਤੇ ਲੀਡ ਤਾਂ ਜਿਹੜੀ ਕਾਂਗਰਸ ਕਹਿੰਦੀ ਸੀ ਮੈਂ ਪਹਿਲਾਂ ਧਰਮ ਨਿਰਪੱਖ ਹਾਂ, ਉਹ ਸੀ ਨਾ ਮੇਨ ਲੀਡਰਸ਼ਿਪ ਤਾਂ ਉਹ ਹੈ, ਅਤੇ ਜਿਹੜੀ ਅਗਵਾਈ ਜਦੋਂ ਵੀ ਕਰਦੀ ਹੈ ਜਿੰਨੇ ਵੀ ਮੁੱਦਿਆਂ 'ਤੇ ਹੋਣ, ਕੋਈ ਸਿੱਖਾਂ ਦੇ ਮੁੱਦਿਆਂ 'ਤੇ ਕਹਿੰਦੇ ਸਿੱਖ ਲੀਡਰਸ਼ਿਪ ਨਾਕਾਬਲ ਹੈ ਕਹਿੰਦੇ ਆ ਨਾ, ਤਾਂ ਫਿਰ ਇਹਦਾ ਮਤਲਬ ਉਦੋਂ ਦੀ ਸਾਰੀ ਲੀਡਰਸ਼ਿਪ ਨਾਕਾਬਲ ਹੈ, ਚਾਹੇ ਉਹ ਜਿਹੜੀ ਮਰਜ਼ੀ ਹੋਈ, ਅਤੇ ਜਿਹੜੀ ਚਾਹੇ ਕਾਂਗਰਸ ਦੀ ਹੋਈ ਚਾਹੇ ਜਿਹਦੀ ਮਰਜ਼ੀ ਹੋਈ। ਔਰ ਤੁਸੀਂ ਇੰਟਰਸਟਿੰਗ ਗੱਲ ਇਹ ਹੈ ਕਿ ਮੁਸਲਿਮ ਲੀਗ ਅਤੇ RSS ਦੋਨਾਂ ਨੇ ਤਾਂ ਆਜ਼ਾਦੀ ਦੀ ਮੂਵਮੈਂਟ 'ਚ ਕੋਈ ਰੋਲ ਪਲੇ ਨਹੀਂ ਕੀਤਾ, ਕੋਈ ਮੂਵਮੈਂਟ ਦੇ ਵਿੱਚ ਕੋਈ ਉਸ ਲੈਵਲ ਦੀ ਗੱਲ ਨਹੀਂ ਹੋਈ ਕਦੇ ਵੀ। ਇੱਕ ਆਪਣਾ ਰੂਲ ਰਹਿ ਕੇ ਬਹਿ ਗਈ, ਰਾਜ ਰਹਿ ਕੇ ਬਹਿ ਗਈ, ਇਹਦੇ ਬਾਵਜੂਦ ਪਾਕਿਸਤਾਨ ਦੇ ਵਿੱਚ, ਪਾਕਿਸਤਾਨ 'ਚ ਤਾਂ ਰੂਲਰ ਬਣ ਹੀ ਗਏ ਨੇ ਉਸੇ ਸਾਰੇ ਮਾਮਲੇ ਦੇ ਵਿੱਚ। ਮੈਂ ਪਰਸੋਂ ਚੌਥੇ ਹੀ ਅਜੇ ਇਸ਼ਤਿਹਾਕ ਅਹਿਮਦ ਨਾਲ ਇੰਟਰਵਿਊ ਕੀਤੀ, ਉਹ ਕਹਿੰਦੇ ਵੀ ਜਿਵੇਂ ਇੱਥੇ RSS ਉਹਨਾਂ ਨੇ ਮੁਸਲਿਮ ਲੀਗ 'ਤੇ ਹੀ ਸਾਰੀ ਗੱਲ ਕੀਤੀ ਕਿ ਕਿਵੇਂ ਪਾਕਿਸਤਾਨ ਦੇ ਵਿੱਚ ਉਹ ਕੀਤੀ, ਕਿਵੇਂ ਗਰਾਊਂਡ 'ਤੇ ਉਹ ਆ ਗਈ ਅਤੇ ਰੂਲਰ ਬਣ ਗਏ ਉਹ ਸਾਰੇ ਮਾਮਲੇ ਦੇ ਵਿੱਚ। ਔਰ ਇਸੇ ਢੰਗ ਦੇ ਨਾਲ ਜਿਹੜਾ ਦੁਨੀਆ ਦੇ ਵਿੱਚ ਇੱਕ ਟ੍ਰੈਂਡ ਹੈ, ਇੱਕ ਆਈਡਿਆਲੋਜੀਕਲ ਫਰੇਮਵਰਕ ਹੈ, ਮਨੁੱਖ ਦਾ ਇੱਕ ਥੋਟ ਪ੍ਰੋਸੈਸ ਬਣਦਾ ਚੀਜ਼ਾਂ ਨੂੰ ਸਮਝਣ ਦੇ ਲਈ, ਅਤੇ ਉਹ ਚੀਜ਼ਾਂ ਨੂੰ ਕਿਵੇਂ ਸਮਝਦੇ ਨੇ ਉਸੇ ਨਜ਼ਰੀਏ ਨਾਲ ਦੇਖੀਆਂ ਜਾਂਦੀਆਂ ਨੇ ਚੀਜ਼ਾਂ, ਪੋਲੀਟੀਕਲੀ ਵੀ ਬਾਕੀ ਵੀ। ਇਹ ਕੇਵਲ ਇੰਡੀਅਨ ਫਨੋਮਨਾ ਨਹੀਂ ਹੈ, ਹੁਣ ਜੇ ਅੱਜ ਆਪਾਂ ਖੜ ਕੇ ਦੇਖੀਏ 84 ਤੋਂ ਬਾਅਦ ਲਗਾਤਾਰ ਕਹੀ ਜਾਈਏ ਸਾਰੀਆਂ ਚੀਜ਼ਾਂ ਹੈਗੀਆਂ। ਜੇ 84 ਦੀ ਵੀ ਗੱਲ ਕਰਦੇ ਹੋ, ਇਕੱਲੀ ਦਿੱਲੀ ਨਹੀਂ, ਇਕੱਲੀ ਕਾਨਪੁਰ ਨਹੀਂ, ਜਿਵੇਂ ਜੇ ਦਰਬਾਰ ਸਾਹਿਬ 'ਤੇ ਹਮਲਾ ਦੀ ਗੱਲ ਕਰਦੇ ਹੋ, ਇਕੱਲਾ ਦਰਬਾਰ ਸਾਹਿਬ ਨਹੀਂ ਹੈ, ਬਾਕੀ 35 ਗੁਰਦੁਆਰੇ ਵੀ ਨੇ ਨਾ ਜਿੱਥੇ ਜਾ ਕੇ ਤੁਸੀਂ ਅਟੈਕ ਦੀ ਗੱਲ ਕਰਦੇ ਹੋ, ਤਾਂ ਉਹ ਕੋਈ ਇੱਕ ਗੱਲ ਤਾਂ ਹੈ ਨਹੀਂ ਹੈ ਜਦੋਂ ਉਹਦੇ ਪਿੱਛੇ ਹੁੰਦਾ। ਇਸੇ ਤਰ੍ਹਾਂ ਉਹ ਜਿਹੜੀਆਂ ਦੋ ਨਵੀਆਂ ਕਿਤਾਬਾਂ ਉਹਨਾਂ ਨੇ ਵੱਖ ਵੱਖ ਉਹਦੇ 'ਚ ਕੀਤੀਆਂ ਨੇ, ਉਹਦੇ 'ਚ 25 ਸਟੇਟਾਂ ਕਵਰ ਕੀਤੀਆਂ ਨੇ ਉਹਨਾਂ ਨੇ ਹੁਣ ਤੱਕ ਜਿਹੜੀਆਂ ਨੇ, ਅਤੇ 25 ਸਟੇਟਾਂ ਦੇ ਵਿੱਚੋਂ 300 ਘਟਨਾਵਾਂ ਜਿਹੜੀਆਂ ਕਵਰ ਕੀਤੀਆਂ, ਅਤੇ ਵੱਖ ਵੱਖ ਜਿੰਨੀਆਂ ਹੈਗੀਆਂ ਨੇ, ਜੇ ਉਹ ਡਾਟਾ ਜਿਹੜਾ ਜਿੱਥੇ ਜਿੱਥੇ ਫਿਰ ਕੇ ਲਿਆ ਗਿਆ ਔਰ ਉਹ ਸਾਡੇ ਸਾਹਮਣੇ ਜੇ ਦਿਖਾਈ ਦਿੰਦਾ, ਉਹਦੇ 'ਚ ਵੀ ਉਹ ਇਹ ਮੰਨਦੇ ਨੇ ਕਿ ਕੁਝ ਸਟੇਟਾਂ ਦੇ ਵਿੱਚ ਜਿੱਥੇ ਕਿਤੇ ਨਹੀਂ ਹੈ, ਜਿਹਦਾ ਡਾਇਰੈਕਟਲੀ ਜਾਂ ਉਸ ਨਾਲ ਸੰਬੰਧ ਨਹੀਂ, ਜਾਂ ਡਾਇਰੈਕਟਲੀ ਕੋਈ ਨੈਸ਼ਨਲਿਜ਼ਮ ਬਾਰੇ ਜੋ ਅੰਡਰਸਟੈਂਡਿੰਗ ਹੈ, ਅਪਰੋਚ ਦੀ ਹੈ, ਉਹਦੇ 'ਚ ਕੋਈ ਡਿਫਰੈਂਸ ਹੈ ਜਾਂ ਕੋਈ ਵੱਖ ਵੱਖ ਫਰਕ ਹੈ, ਉਹ ਉਹਦੇ 'ਚ ਕੋਟ ਕਰਦੇ ਨੇ, ਨੋਟ ਕਰਦੇ ਨੇ ਵੀ 3 ਸਟੇਟਾਂ ਦੇ ਵਿੱਚ ਕਾਫੀ ਬਚਤ ਰਹੀ। ਐਂਟੀ ਰਾਮਾ ਰਾਓ ਸੀ ਆਂਧਰਾ ਪ੍ਰਦੇਸ਼ ਦੇ ਵਿੱਚ, ਉੱਥੇ ਸ਼ੁਰੂ ਤੋਂ ਬਚਤ ਰਹੀ, ਇਸੇ ਤਰ੍ਹਾਂ ਤਾਮਿਲਨਾਡੂ 'ਚ ਬਚਤ ਰਹੀ, ਵੈਸਟ ਬੰਗਾਲ 'ਚ ਬਚਤ ਰਹੀ, 3 ਕੋਟ ਕਰਦੇ ਨੇ ਵੀ ਕਿਤੇ ਕਿਤੇ ਮਾੜੀ ਮੋਟੀ ਹੋਈ ਹੈ, ਕਲਕੱਤੇ 'ਚ ਵੀ ਕੁਝ ਘਟਨਾਵਾਂ ਬਾਕੀ ਵੀ, ਤਾਂ ਉਹ ਬਚਤ ਰਹੀ। ਮਾਮਲਾ ਕੇਵਲ ਇਹ ਹੈ ਕਿ ਸਟੇਟ ਜਦੋਂ ਉਸ ਮਾਇੰਡਸੈਟ ਨਾਲ ਮਿਲਦੀ, ਮਿਲਣ ਤੋਂ ਇਨਕਾਰ ਕਰ ਦਿੰਦੀ ਹੈ, ਜਿਹੜਾ ਸੁਸਾਇਟੀ 'ਚ ਮਤਲਬ ਆਲਰੇਡੀ ਪਰਵੇਲ ਕਰਦਾ ਵੱਖ ਵੱਖ ਤਰੀਕਿਆਂ ਦੇ ਨਾਲ, ਤਾਂ ਉਹ ਬਫਰ ਦਾ ਕੰਮ ਕਰ ਸਕਦੀ ਹੈ ਉਸ ਸਮੇਂ।
ਉਹ ਉੱਥੇ ਦੀ ਉਸ ਮਾਨਸਿਕਤਾ ਨੂੰ ਰੋਕ ਸਕਦੀ ਹੈ ਜੇਕਰ ਕੋਈ ਹੜਦੰਗ ਮਚਾਏ, ਕੋਈ ਬਾਕੀ ਕਰੇ। ਐਕਚੁਅਲੀ ਸਟੇਟ ਦਾ ਰੋਲ ਵੀ ਇਹੀ ਮੰਨਿਆ ਜਾਂਦਾ, ਜਾਂ ਬਾਕੀ ਜਿਹੜੇ ਵੀ ਕੋਈ ਸਿਕਿਉਰਿਟੀ ਨੈਟਵਰਕ ਹੈ ਜਾਂ ਚੰਗੇ ਲੋਕ ਨੇ ਜਾਂ ਬਾਕੀ ਰੋਲ, ਇਹ ਹੁੰਦਾ ਨਾ ਕਿ ਇਨਸਾਨ ਇਹ ਇਕੱਲਾ ਤਾਂ ਕਰੂਗਾ, ਪਰ ਉਹਦੇ ਵਿੱਚ ਖੜਨਾ ਕਿਵੇਂ ਹੈ। ਜਦੋਂ ਸਟੇਟ ਨਾਲ ਮਿਲੀ ਹੋਵੇ ਉਦੋਂ ਫਿਰ ਉਹ ਕਈ ਗੁਣਾ ਜ਼ਿਆਦਾ ਨੁਕਸਾਨ ਕਰਦੀ ਹੈ, ਮਲਟੀਪਲ ਨੁਕਸਾਨ ਹੁੰਦਾ, ਅਤੇ ਉਹ ਨੁਕਸਾਨ ਲਗਾਤਾਰ ਜਾਰੀ ਹੈ। ਹੁਣ ਜਦੋਂ ਵੱਡੇ ਪੱਧਰ 'ਤੇ ਇੱਕ ਗੱਲ ਚੱਲਦੀ ਹੈ, ਅਸੀਂ ਕਹਿ ਰਹੇ ਕਿ ਸਾਡੇ ਕੰਟਰੀ ਦਾ ਇਕੱਲਾ ਸਵਾਲ ਨਹੀਂ, ਜੇ ਦੁਨੀਆ ਭਰ ਦੇ ਵਿੱਚ ਜਦੋਂ ਟਰੰਪ ਜਿੱਤਦਾ ਅਮਰੀਕਾ ਦੇ ਵਿੱਚ, ਜਦੋਂ ਵੱਖ ਵੱਖ ਕੰਟਰੀਜ਼ ਦੇ ਵਿੱਚ ਉਹ ਵਰਤਾਰੇ ਜਿੱਤਦੇ ਨੇ, ਇਹ ਵਰਤਾਰਿਆਂ ਦਾ ਖੇਡ ਹੈ, ਮੇਰਾ ਕਹਿੰਦਾ ਟੈਕਨੀਕਲੀ ਇੱਕ ਜਾਂ ਬਾਕੀ ਦੋ ਗੱਲਾਂ ਦਾ ਕੁਐਸਚਨ ਨਹੀਂ ਹੈ। ਅਤੇ ਮਜੋਰਿਟੀ ਆਪਣੀ ਰੇਸਿਜ਼ਮ ਹੈ, ਟਰੰਪ ਦੇ ਜਿੱਤਣ ਦਾ ਮਾਮਲਾ, ਔਰ ਜੇ ਰੇਸਿਜ਼ਮ ਨਾ ਹੋਵੇ, ਉਹ ਰੇਸਿਜ਼ਮ ਜਾ ਨਹੀਂ ਰਿਹਾ, ਟੌਪ ਉਹ ਸੋਸਾਇਟੀ ਜਿਹੜੀ ਸਾਰੀ ਦੁਨੀਆ ਨੂੰ ਮਤ ਦਿੰਦੀ ਹੈ ਕਿ ਸੈਕੂਲਰਿਜ਼ਮ ਆਹ ਹੁੰਦਾ ਅਤੇ ਡੈਮੋਕ੍ਰੇਸੀ ਆਹ ਹੁੰਦੀ ਹੈ, ਸਿਟੀਜਨ ਦੀ ਵੈਲਿਊ ਇਹ ਹੁੰਦੀ ਹੈ, ਇਹ ਸਾਰੀਆਂ ਦੇ ਬਾਵਜੂਦ ਗਲੋਬਲ ਟ੍ਰੈਂਡ ਜਿਹੜਾ ਜੇਕਰ ਉਸ ਪਾਸੇ ਜਾ ਰਿਹਾ ਹੈ, ਨੋਰਮਲੀ ਇਹ ਮੰਨਿਆ ਜਾਂਦਾ ਕਿ ਉਹ ਕ੍ਰਾਈਸਿਸ ਜਿਹੜਾ ਉਹਨਾਂ ਚੀਜ਼ਾਂ ਨੂੰ ਜਨਮ ਦੇ ਦਿੰਦਾ। ਫਿਰ ਇਕਨੋਮਿਕ, ਸੋਸ਼ਲ ਅਤੇ ਹਰ ਤਰ੍ਹਾਂ ਦਾ ਕ੍ਰਾਈਸਿਸ ਜਿਹੜਾ ਉਹ ਜੰਗਾਂ ਨੂੰ ਵੀ ਜਨਮ ਦਿੰਦਾ, ਉਹ ਦੰਗਿਆਂ ਨੂੰ ਵੀ ਜਨਮ ਦਿੰਦਾ, ਉਹ ਕਿਸੇ ਇੱਕ ਨੂੰ ਮਾਰਨ ਦੇ ਅਤੇ ਉਹ ਸਟੇਟ ਓਵਰਆਲ ਕਿਸ ਢੰਗ ਨਾਲ ਡਿਲੇ ਕਰਨੀਆਂ ਨੇ ਚੀਜ਼ਾਂ, ਘਟਨਾਵਾਂ, ਉਹਨਾਂ ਨੂੰ ਵੀ ਸਾਰੀਆਂ ਚੀਜ਼ਾਂ ਨੂੰ ਗੱਲ ਕਰਦਾ। ਉਹ ਕੇਵਲ ਇੱਕ ਗੱਲ ਨਹੀਂ ਕਰਦਾ ਕਿ ਇਹ ਤਾਂ ਵੋਕਲ ਸਾਨੂੰ ਦਿਖਾਈ ਦਿੰਦਾ, ਸਟੇਟ ਸਟਰਕਚਰ ਦੇ ਵਿੱਚ ਜਿਹੜੀਆਂ ਢਾਂਚਾਗਤ ਕਿਲੇ ਗੰਜ ਨੇ, ਸਟਰਕਚਰਲ ਮੌਤਾਂ ਨੇ। ਹੁਣ ਜੇ ਲਾ ਇਲਾਜ ਮਰ ਰਹੇ ਨੇ ਸਾਰੇ ਬੰਦੇ ਵੀ, ਤਾਂ ਮੌਤਾਂ ਨੇ ਨਾ ਡੇਲੀ ਹੋ ਰਹੀਆਂ ਨੇ। ਆ ਅੱਜ ਦਾ ਅੱਜ ਹੀ ਖਬਰ ਹੈ, ਡਾਟਾ ਪਿਛਲੇ 10 ਸਾਲ ਕੁਛ ਸਾਲਾਂ ਦਾ, ਜਿਹੜਾ 15 ਲੱਖ ਬੰਦਾ ਰੋਡ ਐਕਸੀਡੈਂਟ 'ਚ ਮਰਦਾ, ਮਰ ਗਿਆ ਸਾਡੇ। ਅਤੇ ਇਸ ਕਿਸੇ ਦੀ ਤਾਂ ਜ਼ਿੰਮੇਵਾਰੀ ਹੁੰਦੀ ਹੋਇਆ ਨਾ, ਵੀ ਸੜਕਾਂ ਕਿਹੋ ਜਿਹੀਆਂ ਨੇ, ਡਰਾਈਵਰ ਕਿਹੋ ਜਿਹੇ ਨੇ, ਸਿਸਟਮ ਕਿਹੋ ਜਿਹਾ ਬਣਿਆ ਹੋਇਆ, ਉਹ ਵੀ ਤਾਂ ਇੱਕ ਹੱਦ ਤੱਕ ਜ਼ਿੰਮੇਵਾਰੀ ਉਹਨਾਂ ਦੀ ਸਾਰੇ ਕਿਤੇ ਹੁੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਸਟਰਕਚਰਲ ਵਾਇਲੈਂਸ ਹੈ, ਉਹ ਅਜੇ ਕਾਫੀ ਦੂਰ ਹੈ, ਉਨੀ ਗੱਲ ਨਹੀਂ ਹੁੰਦੀ ਉਹਦੇ 'ਚ। ਮਰ ਜਾਂਦੇ ਨੇ ਤਾਂ ਮਰ ਜਾਂਦੇ ਨੇ, ਕਿੰਨੇ ਹੀ ਮਜ਼ਦੂਰ, ਕਿੰਨੇ ਹੀ ਰੋਟੀ ਜਿਨ੍ਹਾਂ ਨੂੰ ਨਹੀਂ ਮਿਲਦੀ, 80-82 ਕਰੋੜ ਬੰਦਾ ਜੇ ਭੁੱਖ ਨਾਲ ਮਰ ਰਿਹਾ। ਹਰਿਆਣੇ ਦੀ ਉਹ ਮੈਂ ਖਬਰ ਪੜ੍ਹ ਰਿਹਾ, ਹਰਿਆਣੇ 'ਚ 70% BPL 'ਚ ਆ ਗਏ, ਕਹਿੰਦੇ ਜਿਹੜਾ ਸਾਡੇ ਤੋਂ ਤਾਂ ਬੜਾ ਤੇਜ਼ ਤਰੱਕੀ ਕਰ ਰਿਹਾ ਜੀ ਹਰਿਆਣਾ, ਬੜਾ ਗੜਗਾਓਂ ਹੈ ਉਹਨਾਂ ਕੋਲ, ਭਾਖੜਵਾਲਾ, ਅਸੀਂ ਵਾਰ ਵਾਰ ਇੱਕ ਗੱਲ ਕਰ ਰਹੇ ਹਾਂ ਅਤੇ ਡੇਟਾ, ਹੋਰ ਨਵੇਂ ਲੋਕ ਜੁੜਦੇ ਜਾਂਦੇ ਨੇ, BPL 'ਚ ਆਉਂਦੇ ਜਾਂਦੇ ਨੇ। ਜਿਹੜਾ ਉਹ ਅਨਈਵਨੈਸ ਹੈ ਜਿਹੜੀ, ਉਹ ਵੀ ਉਸ ਲੈਵਲ ਦੇ ਉੱਤੇ ਗੱਲ ਕਰਦੀ ਹੈ। ਹੁਣ ਸਵਾਲ ਇੱਕ ਹੈ ਕਿ ਤੁਸੀਂ ਦੇਖੋ ਕਿ ਜਿਹੜੀਆਂ ਚੀਜ਼ਾਂ ਅਸੀਂ ਬਣਾਉਂਦੇ ਹਾਂ ਬਣਤਰ ਦੇ ਤੌਰ ਦੇ ਉੱਤੇ, ਕੀ ਫਰੀਡਮ ਆਫ ਐਕਸਪ੍ਰੈਸ਼ਨ ਹੈ ਵੱਡੇ ਪੱਧਰ 'ਤੇ, ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਮਾਹੌਲ, ਹਰ ਇੱਕ ਆਪਣਾ ਵਿਚਾਰ ਰੱਖਣ ਦਾ, ਹਰ ਇੱਕ ਨੂੰ ਆਪਣੀ ਆਈਡੈਂਟੀ ਰੱਖਣ ਦਾ, ਜੇ ਤਾਂ ਇਹੋ ਜਿਹਾ ਇੱਕ ਸਿਰਜਿਆ ਜਾਂਦਾ ਮਾਹੌਲ ਹੈ ਤਾਂ ਉਹ ਸਿਕਿਉਰਿਟੀ ਪ੍ਰੋਵਾਈਡ ਕਰਦਾ। ਜੇ ਉਹ ਮਾਹੌਲ ਲਈ ਲਗਾਤਾਰਤਾ ਦੇ ਵਿੱਚ ਮਾਹੌਲ ਤੰਗ ਹੁੰਦਾ ਜਾਂਦਾ ਘੇਰਾ, ਤਾਂ ਇਹਦਾ ਮਤਲਬ ਹੈ ਖਤਰਾ ਵੱਧਦਾ ਜਾ ਰਿਹਾ, ਲਗਾਤਾਰ ਖਤਰਾ ਵੱਧਦਾ ਜਾ ਰਿਹਾ। ਸਾਡੇ ਕੰਟਰੀ 'ਚ ਵੀ ਉਹ ਖਤਰਾ ਪਹਿਲਾਂ ਨਾਲੋਂ ਵੱਧਦਾ ਹੀ ਜਾ ਰਿਹਾ, ਅਜੇ ਘੱਟ ਨਹੀਂ ਰਿਹਾ। ਜਿਹੜਾ ਫਰੀਡਮ ਆਫ ਐਕਸਪ੍ਰੈਸ਼ਨ, ਜਦੋਂ UAPA ਬਣੂਗਾ, ਜਦੋਂ NIA ਬਣੂਗਾ, ਜਦੋਂ CAA ਬਣੂਗਾ, ਜਦੋਂ NSA ਅਜੇ ਵੀ ਲਾਗੂ ਰਹੂਗਾ ਜਿਹੜਾ ਕਲੋਨੀਅਲ ਐਕਟ ਹੈ, ਜਦੋਂ ਵੱਖ ਵੱਖ ਚੀਜ਼ਾਂ ਲਗਾਤਾਰਤਾ ਦੇ ਵਿੱਚ ਬਣੀਆਂ ਹੋਈਆਂ ਨੇ, ਇਹਦਾ ਮਤਲਬ ਉਹ ਔਜ਼ਾਰ, ਉਹ ਹਥਿਆਰ, ਉਹ ਸਭ ਕੁਝ, ਸੋਚ ਵੀ ਉਦੋਂ ਤਿੱਖੀ ਹੋ ਰਹੀ ਹੈ, ਮਜੋਰਟੇਰੀਅਨ ਢਾਂਚਾ ਵੀ ਜਿਹੜਾ ਬੁਣਿਆ ਜਾ ਰਿਹਾ ਉਦੋਂ ਟਾਈਟ ਕੀਤਾ ਜਾ ਰਿਹਾ ਉਹ ਸਾਰੇ ਮਾਮਲੇ ਦੇ ਵਿੱਚ,
ਅਤੇ ਇਹਦਾ ਮਤਲਬ ਐਕਸ਼ਨ ਉਸੇ ਤਰੀਕੇ ਦੇ ਨਾਲ ਲਗਾਤਾਰਤਾ ਦੇ ਵਿੱਚ ਜਾਰੀ ਨੇ, ਉਦੋਂ ਜ਼ਿਆਦਾ ਸ਼ਿੱਦਤ ਦੇ ਨਾਲ, ਜ਼ਿਆਦਾ ਬੜੇ ਹੀ ਜ਼ਿਆਦਾ ਸਖਤ ਤਰੀਕੇ ਦੇ ਨਾਲ ਵਰਕੇ। ਔਰ ਗੁਰੂ ਇਸੇ ਢੰਗ ਦੇ ਨਾਲ ਜਿਹੜੀਆਂ ਮੂਵਮੈਂਟਾਂ ਹੁੰਦੀਆਂ ਨੇ ਉੱਥੇ ਲੜਨ ਵਾਲੇ ਲੋਕਾਂ ਦੀਆਂ, ਮੈਨੂੰ ਇਹ ਲੱਗਦਾ ਕਿ ਸਾਡੇ ਦੇਸ਼ 'ਚ ਮੂਵਮੈਂਟ ਕੰਪੈਰੇਟਿਵਲੀ ਕਮਜ਼ੋਰ ਹੈ। ਜਿੰਨਾ ਟਾਈਟ ਹੋ ਰਿਹਾ ਉਹਦੇ ਮੁਕਾਬਲੇ ਜਿਹੜੀਆਂ ਮੂਵਮੈਂਟਾਂ ਹੁੰਦੀਆਂ ਨੇ ਸਿਟੀਜ਼ਨ ਦੀਆਂ, ਹਿਊਮਨ ਰਾਈਟਸ ਸੈਟਅਪ ਦੀਆਂ, ਉਹ ਓਡੇ ਵੱਡੇ ਕੱਦ 'ਤੇ ਮੂਵਮੈਂਟਾਂ ਨਹੀਂ, ਜਾਂ ਉਹ ਫਿਰ ਵੱਡੀਆਂ ਹੋਈਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਮਤਲਬ ਜੇ ਸਾਈ ਬਾਬਿਆਂ ਦੀ ਮੌਤ ਬਾਅਦ ਦੇ ਵਿੱਚ ਹੁੰਦੀ ਹੈ, ਐਕਚੁਲੀ ਮੌਤ ਤਾਂ ਜੇਲ੍ਹ 'ਚ ਹੀ ਹੋ ਗਈ, ਜਿਸ ਢੰਗ ਨਾਲ ਰੱਖਿਆ ਹੋਇਆ ਸਾਡੇ ਸਾਹਮਣੇ ਦਿਖਾਈ ਦਿੰਦਾ ਨਾ, ਜਿਹੜਾ ਵੀ ਮਰਜ਼ੀ ਇਹ ਹੈ। ਜੇ ਸਟੇਨ ਸਵਾਮੀ ਦੀ ਮੌਤ ਉੱਥੇ ਹੋ ਗਈ, ਜੇ ਸੁਧਾ ਭਾਰਦਵਾਜ ਮੁੰਬਈ ਤੋਂ ਬਾਹਰ ਅੱਜ ਵੀ ਨਹੀਂ ਜਾ ਸਕਦੀ, ਜੇ ਬਾਕੀ ਹੈ ਉਹਨਾਂ ਦੀ ਗੱਲ ਸ਼ਾਇਦ ਇੱਥੇ ਨਹੀਂ ਹੁੰਦੀ, ਜਿਹੜੇ 84 ਵਾਲਾਂ ਦੀ ਗੱਲ ਸ਼ਾਇਦ ਉੱਥੇ ਨਹੀਂ ਹੁੰਦੀ। ਜਿਹੜੀਆਂ ਇਹ ਗੱਲਾਂ ਨੇ, ਜਿਹੜੀ ਇੱਕ ਡਿਵੀਜ਼ਨ ਹੁੰਦੀ ਹੈ, ਜਦੋਂ ਹਿਊਮਨ ਦਾ ਮਤਲਬ ਤਾਂ ਹਿਊਮਨ ਹੈ ਅਤੇ ਜਿਹੜੇ ਰਾਈਟਸ ਘੱਟੋ ਘੱਟ ਕਾਂਸਟੀਟਿਊਸ਼ਨ ਰਾਈਟ ਨੇ ਜੋ ਉਹ ਵੀ ਨਹੀਂ ਮਿਲਦੇ, ਬਾਕੀ ਤਾਂ ਦੂਰ ਦੀ ਗੱਲ ਹੈ, ਉਹ ਬਖਰੇਵੇਂ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ ਆਪਸੀ ਵੰਡਾਂ ਵੀ ਨੇ, ਉਹ ਵੀ ਇੱਕ ਆਧਾਰ ਬਣ ਜਾਂਦੀਆਂ ਨੇ। ਜਦੋਂ ਤੁਸੀਂ ਦੂਜੇ ਖਾਮੋਸ਼ ਰਹਿੰਦੇ ਹੋ, ਇੱਕ 'ਤੇ ਦੂਜਾ, ਦੂਜੇ 'ਤੇ ਤੀਜਾ, ਤੀਜੇ 'ਤੇ ਚੌਥਾ, ਉਸ ਗੱਲ ਨੂੰ ਵੀ ਇੱਕ ਸੋਚਣ ਦੇ ਨਜ਼ਰੀਏ ਵਜੋਂ ਮੇਰੇ ਖਿਆਲ ਦੇਖਿਆ ਜਾਣਾ ਚਾਹੀਦਾ। ਔਰ ਜਿਵੇਂ ਸਿੱਧੂ ਸਾਹਿਬ ਇੱਥੇ ਗੱਲ ਕਰਦੇ ਸੀ, ਸਿਧਾਰਥ ਵਰਧਨ ਰਾਜਨ ਕਹਿੰਦੇ ਵੀ ਜਦੋਂ ਹਿੰਦੂ ਖੜ੍ਹ ਕੇ ਗੱਲ ਕਰੂਗਾ ਸਾਡੇ ਉਹਦੀ, ਇਹ ਇਕੱਲੇ ਹਿੰਦੂ ਸਗੋਂ ਕਾਮਨ ਸੁਸਾਇਟੀ ਗੱਲ ਕਰੂਗੀ ਜਦੋਂ ਸਾਰੀ ਦੀ ਸਾਰੀ। ਅਸੀਂ ਮੁਸਲਿਮ 'ਚ ਬਾਰੇ ਕਿੰਨਾ ਕੁ ਗੱਲ ਕਰਦੇ ਸੀ, ਸਿੱਖ ਮੁਸਲਿਮ ਸਿੱਖਾਂ ਬਾਰੇ ਕਿੰਨੀ ਗੱਲ ਕਰਦੇ ਨੇ, ਜਦੋਂ ਇਹਨਾਂ ਦਾ ਬਾਕੀ ਹੁੰਦਾ ਇਕੱਲੇ ਇੱਕ, ਉਹ ਮੈਜੋਰਿਟੀ ਹੈ, ਠੀਕ ਹੈ, ਮੈਜੋਰਿਟੀ ਦਾ ਆਪਣੀ ਗੱਲ ਹੈ, ਪਰ ਕ੍ਰਿਸ਼ਚਨ, ਬੋਧੀ, ਜੈਨੀ, ਮੁਸਲਿਮ, ਹੋਰ ਜਿੰਨੀਆਂ ਆਈਡੈਂਟੀਟੀਜ਼ ਹੈਗੀਆਂ ਨੇ, ਉਹ ਕਾਮਨ ਹੋ ਕੇ ਕਿੰਨੀਆਂ ਕੁ ਆਈਡੈਂਟੀਟੀਜ਼ ਕਾਮਨ ਗੱਲ ਕਰਦੀਆਂ ਨੇ ਉਹ ਸਾਰੇ ਸੈਟਅਪ ਦੀ, ਉਹ ਵੀ ਤਾਂ ਇੱਕ ਬੜਾ ਵੱਡਾ ਕੁਐਸਚਨ ਹੈਗਾ ਹੀ ਹੈ ਇੱਕ ਦੂਜੇ 'ਤੇ। ਔਰ ਇਸੇ ਕਰਕੇ ਇਹ ਹੈ ਕਿ ਜਿਹੜਾ ਇੱਕ ਗਲੋਬਲ ਵਰਤਾਰੇ ਵੱਲ ਨੂੰ ਜਿਹੜੀਆਂ ਇਹ ਚੀਜ਼ਾਂ ਹੁਣ ਜਾ ਰਹੀਆਂ ਨੇ, ਮੇਰੇ ਤਾਂ ਕਹਿ ਲਿਆ ਸਾਰੇ ਕਿਤੇ ਹੀ ਹੋਰ ਖਤਰਨਾਕ ਹੈ। ਜਿਹੜਾ ਮਾਮਲਾ ਹੁਣ ਚੱਲਿਆ ਜਾ ਰਿਹਾ ਗੌਰਮੈਂਟ ਆਫ ਇੰਡੀਆ ਦੇ ਵਿੱਚ, ਚਾਹੇ ਨਿੱਜਰ ਕਤਲਕਾਂਡ ਤੋਂ ਬਾਅਦ ਹੋ ਰਿਹਾ ਮਾਹੌਲ ਹੈ, ਚਾਹੇ ਉਹ ਪੰਨੂ ਦੇ ਮਾਮਲੇ ਦੇ ਵਿੱਚ ਅਮਰੀਕਨ ਅਦਾਲਤ 'ਚ ਚੱਲ ਰਿਹਾ ਮਾਮਲਾ, ਇਹ ਹੁਣ ਗਲੋਬਲ ਫਿਗਰ ਉਸ ਰੂਪ ਦੇ ਵਿੱਚ ਵੀ ਬਣਦਾ ਜਾ ਰਿਹਾ ਹੈ ਸਾਰਾ, ਤਾਂ ਹੌਲੀ ਹੌਲੀ ਕਰਕੇ ਉਹ ਨਜ਼ਰੀਆ ਬਣਦਾ। ਇੱਕ ਪਹਿਲਾਂ ਕਹਿੰਦੇ ਨੇ ਮਤਲਬ ਨਾਮ ਉਹਨੂੰ ਮਾੜਾ ਦੇ ਦਿਓ, ਬੈਡ ਨੇਮ ਦੇ ਦਿਓ, ਅਤੇ ਫਿਰ ਮਾਰ ਦਿਓ, ਕੋਈ ਫਰਕ ਨਹੀਂ ਪੈਂਦਾ। ਪਹਿਲਾਂ ਗੈਂਗੈਸਟਰ ਬਣਾ ਦਿਓ, ਕਹਿ ਦਿਓ ਵੀ ਗੈਂਗੈਸਟਰ ਪੈਦਾ ਕਰੋ, ਇਹ ਤਾਂ ਗੈਂਗੈਸਟਰ ਹੈ, ਚਾਹੇ ਦੋ ਕੇਸ ਕਾਹਦੇ ਕਰਕੇ ਪਏ ਨੇ ਕਾਹਦੇ ਨੇ, ਉਹਨੂੰ ਮਾਰ ਦਿਓ, ਕੋਈ ਸੁਸਾਇਟੀ ਨਹੀਂ ਕਹੂਗੀ, ਕੋਈ ਗੱਲ ਨਹੀਂ, ਮਾਰਤਾ ਤਾਂ ਕੀ ਮਾਰਤਾ, ਕੋਈ ਸੁਸਾਇਟੀ ਇਹ ਨਹੀਂ ਕਹੂਗੀ ਵੀ ਉਹਦੇ 20 ਰਾਈਟਸ ਨੇ, ਚਾਹੇ ਉਹ ਗੈਂਗੈਸਟਰ ਸੀ, ਥਰੂ ਕੋਰਟ ਕਿਉਂ ਨਹੀਂ ਆਇਆ, ਥਰੂ ਰੂਲ ਆਫ ਲਾ ਕਿਉਂ ਨਹੀਂ ਆਇਆ। ਇਸੇ ਤਰ੍ਹਾਂ ਰੇਪਿਸਟ ਨੇ ਜਿਹੜੇ ਬੰਦੇ, ਜਦੋਂ ਉਹ ਕਰਦੇ ਹੀ ਨੇ ਬੈਡ ਨੇਮ ਨਾਲ, ਪਹਿਲਾਂ ਸਾਰੇ ਤਾਕਤ ਆਪਣੇ ਹੱਥ 'ਚ ਲੈਂਦਾ ਅਤੇ ਉਹ ਕਹਿੰਦਾ ਇਹਨਾਂ ਨੂੰ ਤਾਂ ਮਾਰੋ ਉਸੇ ਜਗ੍ਹਾ ਲਿਜਾ ਕੇ ਦੁਬਾਰਾ, ਅਤੇ ਸਾਰੀ ਸੁਸਾਇਟੀ ਨਾਲ ਹੁੰਦੀ ਹੈ ਸਟੇਟ ਦੇ ਕਿ ਹਾਂ ਮਾਰੋ, ਠੀਕ ਹੈ, ਮਾਰਨਾ ਹੀ ਚਾਹੀਦਾ ਇਹਨਾਂ ਨੂੰ ਤਾਂ। ਅਜੇ ਉਹ ਜਿਹੜਾ ਮਾਇੰਡ ਬੋਕਲਾ ਕਰਨ ਦਾ ਸਵਾਲ ਹੈ, ਕੰਸੈਪਚੁਅਲ ਮਾਇੰਡ, ਅਤੇ ਤੁਸੀਂ ਕਿੱਥੇ ਕਿਵੇਂ ਖੜ੍ਹਦੇ ਹੋ, ਉਹ ਬਹੁਤ ਔਖਾ ਕੰਮ ਹੈ, ਅਤੇ ਕੋਈ ਕਹੂਗਾ ਵੀ ਤਾਂ ਸ਼ਾਇਦ ਉਹਨੂੰ ਵੀ ਮਾਰ ਦਿੱਤਾ ਜਾਵੇ ਨਾਲ, ਹੈ ਵੀ ਅੱਛਾ ਇਹ ਤਾਂ ਰੇਪਿਸਟ ਦੇ ਨਾਲ ਹੈ, ਉਹ ਕਹੂਗਾ ਅੱਛਾ ਇਹ ਤਾਂ ਗੁੰਡੇ ਬਦਮਾਸ਼ ਦੇ ਨਾਲ ਹੈ, ਇਹ ਤਾਂ ਫਲਾਣੇ ਦੇ ਨਾਲ ਹੈ। ਉੱਥੇ ਜਦੋਂ ਖੜ੍ਹਨ ਦੇ ਕੁਐਸਚਨ ਨੇ, ਉਹ ਕੁਲੈਕਟਿਵ ਸੁਸਾਇਟੀ ਜਿਹੜੀ ਹੈ ਦਿਨਾਂ ਤੋਂ ਅਲੱਗ ਵੀ ਸੋਚਦੀ ਹੈ, ਇੰਟਰਨਲੀ ਵਿਚਾਰ ਚਰਚਾ ਕਰਦੀ ਹੈ, ਮਾਇੰਡ ਮੇਕਅਪ ਜਿੱਧਰ ਨੂੰ ਬਣੂਗਾ ਸੁਸਾਇਟੀ ਦਾ, ਉੱਧਰ ਨੂੰ ਜਾ ਕੇ ਉਹ ਸਟੈਂਡ ਲਊਗੀ ਕੁਲੈਕਟਿਵ ਤੌਰ ਦੇ ਉੱਤੇ। ਜਿਹੜੀ ਕੁਲੈਕਟਿਵ ਸਟੈਂਡ ਦਾ ਕੁਐਸਚਨ ਹੈ ਮੇਰਾ ਖਿਆਲ ਹੈ ਸਾਡੇ ਸਾਹਮਣੇ ਹੈ। 84 ਵਾਰ ਵਾਰ ਵਾਪਰ ਰਹੇ ਨੇ ਦੁਨੀਆ 'ਚ, ਫਿਰ ਵੀ ਵਾਪਰਨਗੇ ਜੇਕਰ ਹਾਲਾਤ ਇਹੋ ਜਿਹੇ ਰਹੇ ਲਗਾਤਾਰਤਾ ਦੇ ਵਿੱਚ, ਔਰ ਕਿਤੇ ਚੁੱਪ ਕਰ ਜਾਂਦਾ ਬੰਦਾ, ਕਿਤੇ ਕੋਈ ਹੋਰ ਉਸ ਲੈਵਲ ਦੀਆਂ ਗੱਲਾਂ ਕਰਦਾ। ਔਰ ਜਿਹੜੀ ਸ਼ਬਦਾਂ ਦੀ ਹਿੰਸਾ, ਸ਼ਾਇਦ ਜੇ ਦਬ ਕੇ ਹੀ ਰਹਿਣਾ ਕਿਸੇ ਨੇ, ਤਾਂ ਸ਼ਬਦਾਂ ਦੀ ਹਿੰਸਾ ਤਾਂ ਰੋਜ਼ ਮਾਰਦੀ ਹੈ ਬੰਦੇ ਨੂੰ ਰੂਹ ਦੇ ਤੌਰ 'ਤੇ, ਵੱਖ ਵੱਖ ਮਾਮਲਿਆਂ ਦੇ ਤੌਰ 'ਤੇ। ਅਤੇ ਜਦੋਂ
ਇੱਕ ਸੂਬੇ ਦੀ ਮੈਂਬਰ ਪਾਰਲੀਮੈਂਟ ਨੂੰ ਦੇਸ਼ ਦਾ ਹੋਮ ਮਿਨਿਸਟਰ ਕਹਿੰਦੇ ਬਹਿ ਜਾਓ ਇਹ ਗੱਲ ਨਹੀਂ ਕਰਨੀ, ਮੈਂ ਦੇਖਦਾ ਕਿਵੇਂ ਕਾਤਲਾਂ ਨੂੰ ਅਸੀਂ ਉਹ ਕਰ ਦਈਏ। ਪਹਿਲਾਂ ਉਹ 2 ਸਾਲ ਨੋਟੀਫਾਈ ਕਰਕੇ ਬੈਠਾ ਹੁੰਦਾ ਅਤੇ ਉਦੋਂ ਬਾਅਦ ਬਿਡਰਾ ਕਰਦਾ ਗੱਲ, ਤਾਂ ਇਹਦੇ 'ਚ ਇੱਕ ਤਾਕਤ ਅਤੇ ਇੱਕ ਹਉਮੈ ਝਲਕਦੀ ਹੈ ਨਾ, ਦਿਖਾਈ ਦੇ ਰਹੀ ਹੈ ਵੀ ਤੁਸੀਂ ਜਿਹੋ ਜਿਹਾ ਹੈ ਕਿ ਬੈਠੋ, ਨਹੀਂ ਬੈਠੋਗੇ ਤਾਂ ਕੋਈ ਗੱਲ ਨਹੀਂ ਹੈ। ਔਰ ਸਾਡੇ ਕੋਲ ਸੰਸਥਾਵਾਂ ਕੋਲ ਉਹ ਬੁੱਕਤ ਨਹੀਂ ਬਚੀ ਹਜੇ ਓਡੀ ਲੜਾਈ ਲੜਨ ਦੀ, ਉਹਨੂੰ ਕਿਵੇਂ ਲਿਆਂਦਾ ਜਾਏ। ਜਦੋਂ ਅਕਾਲ ਤਖ਼ਤ ਦੀ ਅਗਵਾਈ ਦੇ ਵਿੱਚ ਕਮੇਟੀ ਬਣਦੀ ਹੈ, IGPC ਦੀ ਕਮੇਟੀ ਨੂੰ ਕੋਈ ਟਾਈਮ ਨਹੀਂ ਦਿੰਦਾ ਗੱਲ ਕਰਨ ਦੇ ਲਈ ਵੀ, ਤਾਂ ਐਕਸ਼ਨ ਪ੍ਰੋਗਰਾਮ ਕੀ ਹੈ ਇੱਥੋਂ ਉਹਦੇ 'ਚੋਂ ਸਾਡੇ ਬਾਕੀ ਦੇ ਲੋਕਾਂ ਕੋਲ ਕੋਈ ਗੱਲ ਹੈ ਹੋਰ? ਜਾਂ ਚੁੱਪ ਕਰਕੇ 2 ਸਾਲ ਨਹੀਂ ਦਿੰਦਾ, 3 ਸਾਲ, 4 ਸਾਲ, 5 ਸਾਲ, 10 ਸਾਲ, ਕਿੰਨਾ ਚਿਰ ਉਹ ਠੀਕ ਹੈ ਨਹੀਂ ਦਿੰਦੇ, ਤਕੜੇ ਨੇ ਜੀ, ਕੀ ਕਰੀਏ ਫਿਰ? ਇਹੀ ਗੱਲ ਕਰੋ।